ਅੱਜ ਟਰਾਂਸਪੋਰਟ ਮੰਤਰੀ ਪੰਜਾਬ ਸਰਦਾਰ ਲਾਲਜੀ ਸਿੰਘ ਭੁੱਲਰ ਨੇ ਦੁਰਾਹਾ ਨੇੜੇ ਜੀਟੀ ਰੋਡ ਤੇ ਵੱਖ-ਵੱਖ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਉਹਨਾਂ ਵੱਲੋਂ ਟੂਰਿਸਟ ਬੱਸਾਂ ਅਤੇ ਦੋ ਹੋਰ ਬੱਸਾਂ ਨੂੰ ਜ਼ਬਤ ਕੀਤਾ ਗਿਆ। ਇਸ ਮੌਕੇ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਤਹਿਤ ਬੱਸਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਟਰਾਂਸਪੋਰਟ ਮੰਤਰੀ ਪੰਜਾਬ ਸਰਦਾਰ ਲਾਲਜੀ ਸਿੰਘ ਭੁੱਲਰ ਨੇ ਸਮੂਹ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੀਆਂ ਬੱਸਾਂ, ਟਿੱਪਰਾਂ, ਟਰੱਕਾਂ, ਟੂਰਿਸਟ ਬੱਸਾਂ ਆਦਿ ਦਾ ਟੈਕਸ ਭਰਨ ਅਤੇ ਆਪਣੇ ਪਰਮਿਟ ਦੇ ਅੰਦਰ ਹਦਾਇਤ ਅੰਦਰ ਰਹਿ ਕੇ ਬੱਸਾਂ ਚਲਾਉਣ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ। ਉਹਨਾਂ ਕਿਹਾ ਕਿ ਪਹਿਲਾਂ ਜਿਹੜੀਆਂ ਪੰਜਾਬ ਵਿੱਚ ਸਰਕਾਰਾਂ ਬਣਦੀਆਂ ਸਨ ਉਹ ਆਪਸ ਵਿੱਚ ਰਲੀਆਂ ਮਿਲੀਆਂ ਹੁੰਦੀਆਂ ਸਨ, ਜਿਸ ਕਰਕੇ ਉਹ ਸਰਕਾਰ ਨੂੰ ਪੂਰਾ ਟੈਕਸ ਨਹੀਂ ਭਰਦੇ ਸਨ। ਉਹਨਾਂ ਟਰਾਂਸਪੋਰਟਰਾਂ ਨੂੰ ਕਿਹਾ ਕਿ ਜਿੰਨਾ ਟੈਕਸ ਬਣਦਾ ਹੈ ਜਾਂ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਉਸ ਅਨੁਸਾਰ ਆਪਣੇ ਰੂਟ 'ਤੇ ਬੱਸਾਂ ਚਲਾਉਣ ਅਤੇ ਨਿਯਮਾਂ ਅੰਦਰ ਰਹਿ ਕੇ ਕੰਮ ਕਰਨ। ਉਹਨਾਂ ਕਿਹਾ ਕਿ ਸਭ ਟਰਾਂਸਪੋਰਟਰ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਅਤੇ ਨਾ ਹੀ ਨਜਾਇਜ਼ ਕੰਮ ਕਰਨ ਅਤੇ ਨਾ ਹੀ ਮਾਲੀਏ ਨੂੰ ਖੋਹਾਂ ਲਗਾਉਣ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜਿਹੜਾ ਕਾਨੂੰਨ ਦੀ ਉਲੰਘਣਾ ਕਰਦਾ ਹੈ, ਸਰਕਾਰ ਦਾ ਟੈਕਸ ਚੋਰੀ ਕਰਦਾ ਹੈ, ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਸਰ, ਜਿਸ ਤਰ੍ਹਾਂ ਕਿ ਤੁਸੀਂ ਅੱਜ ਅਚਨਚੇਤ ਚੈਕਿੰਗ ਕੀਤੀ ਹੈ ਜੀ ਦਰਾਹਾ ਜੀਟੀ ਰੋਡ 'ਤੇ, ਇਹ ਕੀ ਕਾਰਨ ਸੀ ਇਹਦਾ ਜੀ? ਵੇਖੋ, ਪਹਿਲਾਂ ਤਾਂ ਅਸੀਂ ਹਦਾਇਤ ਕਰਦੇ ਹਾਂ ਸਾਰੇ ਟਰਾਂਸਪੋਰਟਰਾਂ ਨੂੰ, ਭਾਵੇਂ ਉਹ ਟਰੱਕਾਂ ਵਾਲੇ ਆ, ਟਿੱਪਰਾਂ ਵਾਲੇ ਆ, ਬੱਸਾਂ ਵਾਲੇ ਆ, ਵੋਲਵੋ ਬੱਸਾਂ ਜਾਂ ਸਟੇਜ ਕੈਰੇਜ ਬੱਸਾਂ, ਸਾਰੇ ਹੀ ਆਪੋ ਆਪਣੇ ਟੈਕਸ ਵੀ ਤਾਰਨ ਅਤੇ ਜਿਵੇਂ ਆ ਨਜਾਇਜ਼ ਚੱਲਦੀਆਂ, ਇਹ ਜਿਹੜੀ ਟੂਰਿਸਟ ਬੱਸ ਆ ਜਾਂ ਇਹ ਇੰਡੋ ਕੈਨੇਡੀਅਨ ਬੱਸ ਆ, ਇਹ ਜਿਵੇਂ ਅੰਮ੍ਰਿਤਸਰ ਤੋਂ ਚੱਲੀ, ਅੰਮ੍ਰਿਤਸਰ ਤੋਂ ਚੱਲ ਕੇ ਸਿੱਧੀ ਏਅਰਪੋਰਟ 'ਤੇ ਜਾ ਕੇ ਸਵਾਰੀ ਛੱਡ ਸਕਦੀ ਆ। ਉਹ ਇਹਨਾਂ ਦਾ ਡਰਾਈਵਰ ਆਪ ਮੰਨਦਾ ਪਿਆ ਕਿ ਅਸੀਂ ਹਰ ਅੱਡੇ ਤੋਂ ਸਵਾਰੀਆਂ ਚੁੱਕੀਆਂ, ਅੰਮ੍ਰਿਤਸਰ ਤੋਂ ਚੱਲੇ ਆ, ਜਲੰਧਰ ਤੋਂ ਚੁੱਕੀਆਂ, ਫਲੌਰ ਤੋਂ ਚੁੱਕੀਆਂ, ਲੁਧਿਆਣੇ ਤੋਂ ਚੁੱਕੀਆਂ, ਗਰਾਏ ਤੋਂ ਚੁੱਕੀਆਂ, ਸਵਾਰੀਆਂ ਆਪ ਵੀ ਦੱਸਦੀਆਂ ਪਈਆਂ। ਸਾਰੀਆਂ ਸਵਾਰੀਆਂ ਦੀਆਂ ਟਿਕਟਾਂ ਦੀ ਜਿਹੜੀ ਉਹ ਫੋਟੋ ਲੈ ਲਈ ਗਈ ਆ। ਅਤੇ ਵੇਖੋ, ਅੱਗੇ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਉਹ ਰਲੀਆਂ ਮਿਲੀਆਂ ਬਣਦੀਆਂ ਰਹੀਆਂ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਨੇ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੰਗੇ ਕੰਮ ਕਰ ਰਹੀ ਆ ਪਾਰਟੀ। ਅਤੇ ਜਿਹੜਾ ਵੀ ਇਹਦੇ 'ਚ ਦੋਸ਼ੀ ਪਾਇਆ ਜਾਊਗਾ, ਇੱਥੇ ਸਿਆਸੀ ਬਦਲਾਖੋਰੀ ਤਹਿਤ ਕੰਮ ਨਹੀਂ ਹੋਵੇਗਾ। ਰੋਜ਼ਾਨਾ ਹੀ ਹਾਈਵੇ 'ਤੇ ਚੈੱਕ ਕਰਦੇ ਬੱਸਾਂ 'ਤੇ ਬੜੀਆਂ ਖਾਮੀਆਂ ਪਾਈਆਂ ਜਾਂਦੀਆਂ। ਅਤੇ ਮੈਂ ਇਹਨਾਂ ਬੱਸਾਂ ਵਾਲਿਆਂ ਨੂੰ, ਟਰਾਂਸਪੋਰਟਰ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਟੈਕਸ ਬਣਦਾ ਜਾਂ ਜੋ ਹਦਾਇਤਾਂ ਨੇ ਸਰਕਾਰ ਦੀਆਂ, ਜਿਵੇਂ ਆਪਾਂ ਨੂੰ ਪਰਮਿਟ ਜਾਰੀ ਹੋਇਆ, ਉਹਨਾਂ ਦੇ ਤੌਰ 'ਤੇ ਆਪਾਂ ਆਪਦੀਆਂ ਬੱਸਾਂ ਚਲਾਈਏ, ਨਾ ਨਜਾਇਜ਼ ਕੰਮ ਕਰੀਏ, ਨਾ ਸਰਕਾਰ ਦੇ ਮਾਲੀਏ ਨੂੰ ਖੋਰਾ ਲਾਈਏ। ਜਿੱਥੇ ਵੀ ਸਰਕਾਰ ਦੇ ਮਾਲੀਏ ਨੂੰ ਖੋਰਾ ਲੱਗੇਗਾ, ਉਹਦੇ 'ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ। ਅੱਜ ਜਿਹੜੀ ਇਹ ਬੱਸ ਅਸੀਂ ਇੰਪਾਊਂਡ ਕਰਤੀ ਆ, ਪਰ ਸਵਾਰੀਆਂ ਦੀ ਜਿਹੜੀ ਹੋਣੀ ਸੀ ਖੱਜਲ ਖਰਾਬੀ, ਉਹਨੂੰ ਵੇਖਦੇ ਹੋਏ, ਕਿਉਂਕਿ ਇਹਨਾਂ ਦੀਆਂ ਲੱਖਾਂ ਰੁਪਈਆਂ ਦੀਆਂ ਟਿਕਟਾਂ ਜਿਨ੍ਹਾਂ ਨੇ ਏਅਰਪੋਰਟ 'ਤੇ ਚੜ੍ਹਨਾ, ਅਤੇ ਗਾਂ ਇਹਨਾਂ ਨੇ ਆਪਦੇ ਕੰਮਕਾਰ ਕਰਨੇ, ਜਿਹਦੇ 'ਚ ਉਹ ਨੁਕਸਾਨ ਕਿਹਨਾਂ ਦਾ, ਸਾਡਾ ਹੀ ਹੋਣਾ ਹੈ। ਹੁਣ ਇਸ ਬੱਸ ਨੂੰ ਜਾਣ ਦਿੱਤਾ ਗਿਆ, ਇਹ ਆ ਕੇ ਇੰਪਾਊਂਡ ਕਰ ਲਈ ਜਾਵੇਗੀ, ਬੱਸ ਇਹਦਾ ਚਲਾਨ ਕਰ ਦਿੱਤਾ ਗਿਆ, ਅਤੇ ਸਾਡੇ ਜਿਹੜੇ ਭੈਣ ਭਰਾ ਉਹ ਖੱਜਲ ਨਾ ਹੋਣ, ਉਸ ਕਰਕੇ ਇਹਨੂੰ ਛੱਡ ਦਿੱਤਾ ਗਿਆ ਬੱਸ। ਜਿਹੜੇ ਟਰਾਂਸਪੋਰਟਰ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਮੀਟਿੰਗ ਵੀ ਕੀਤੀ ਗਈ ਆ ਕਿ ਅਸੀਂ ਸਰਕਾਰ ਨੂੰ ਇੰਨਾ ਰੈਵਨਿਊ ਦਿੰਦੇ ਆ, ਫਿਰ ਵੀ ਸਾਨੂੰ ਮਾਫੀਆ ਕਿਹਾ ਜਾ ਰਿਹਾ ਵਾ? ਵੇਖੋ, ਆਹ ਮਾਫੀਆ, ਆਹ ਮਾਫੀਆ ਨਹੀਂ ਤੇ ਹੋਰ ਕੀ ਆ, ਜਿਹੜਾ ਮਾਫੀਆ ਦਾ ਕੰਮ ਕਰੂਗਾ ਉਸ ਨੂੰ ਮਾਫੀਆ ਹੀ ਕਿਹਾ ਜਾਵੇਗਾ। ਅਸੀਂ ਜਿਹੜਾ ਕੋਈ ਸਾਡਾ ਵੀਰ ਟਰਾਂਸਪੋਰਟਰ ਸਹੀ ਕੰਮ ਕਰਦਾ, ਸਹੀ ਕੰਮ ਨਾਲ ਚੱਲਦਾ, ਉਹਨੂੰ ਅਸੀਂ ਮਾਫੀਆ ਨਹੀਂ ਕਹਿੰਦੇ। ਜਿਹੜਾ ਸਰਕਾਰ ਦਾ ਟੈਕਸ ਚੋਰੀ ਕਰਦਾ ਜਾਂ ਕਾਨੂੰਨਾਂ ਦੀ ਉਲੰਘਣਾ ਕਰਦਾ, ਉਹ ਮਾਫੀਆ ਆ। ਸਰ, ਜਿਸ ਤਰ੍ਹਾਂ ਕਿ ਅੱਜ ਤੁਸੀਂ ਇੱਥੇ ਮਤਲਬ ਚੈਕਿੰਗ ਕੀਤੀ ਹੈ, ਇਸ ਦੌਰਾਨ ਕਿੰਨੀਆਂ ਬੱਸਾਂ ਇੰਪਾਊਂਡ ਕੀਤੀਆਂ ਜਾਂ ਕਿੰਨੀਆਂ ਬੱਸਾਂ ਉਹ ਪਕੜੀਆਂ ਜਿਹੜੀਆਂ ਇੱਕ ਪਰਮਿਟ 'ਤੇ ਦੋ ਦੋ ਤੋਂ ਤਿੰਨ ਤਿੰਨ ਚੱਲ ਰਹੀਆਂ ਸੀ? ਵੇਖੋ, ਚੈਕਿੰਗ ਚੱਲ ਰਹੀ ਆ, ਦੇਰ ਰਾਤ ਤੱਕ ਚੈਕਿੰਗ ਕਰਾਂਗੇ। ਸਾਡੇ ਆਰਟੀਓ ਸਾਹਿਬ ਨਾਲ ਨੇ, ਧਾਰੀਵਾਲ ਸਾਹਿਬ ਨਾਲ, ਸਾਡੇ ਮਹਿਕਮੇ ਦੇ ਅਧਿਕਾਰੀ ਨੇ। ਦੇਰ ਰਾਤ ਤੱਕ ਚੈਕਿੰਗ ਚੱਲੇਗੀ। ਹੁਣ ਤੱਕ ਤਿੰਨ ਜਿਹੜੀਆਂ ਵੋਲਵੋ ਬੱਸਾਂ ਟੂਰਿਸਟ, ਉਹ ਇੰਪਾਊਂਡ ਕੀਤੀਆਂ ਜਾ ਚੁੱਕੀਆਂ, ਨਾਲ ਜਿਹੜੀਆਂ ਸਟੇਜ ਕੈਰੇਜ ਆ ਦੋ ਬੱਸਾਂ, ਉਹ ਇੰਪਾਊਂਡ ਕੀਤੀਆਂ, ਅਤੇ ਸਾਡੀ ਚੈਕਿੰਗ ਜਿਹੜੀ ਆ